ਪੰਜਾਬ ਸਰਕਾਰ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਇਆ ਜਾਏਗਾ ਇੱਕ ਪੱਖ ਇਹ ਵੀ ਆ ਰਿਹਾ ਹੈ ਕਿ ਹਾਈ ਕੋਰਟ ਨੇ ਹਦੇਦ ਦਿੱਤੇ ਨੇ ਕਿ ਨਵੀ ਸਿੱਟ 6 ਮਹੀਨੇ ਦੇ ਵਿੱਚ ਵਿੱਚ ਜਾਂਚ ਮੁਕੰਮਲ ਕਰੇ ਤਾਂ ਕਿ ਪੀੜਤ ਧਿਰ ਨੂੰ ਇਨਸਾਫ ਮਿਲ ਸਕੇ ਕੀ ਲੱਗਦਾ ਜੀ ਤੁਹਾਨੂੰ ਜਿਹੜਾ ਨਵਾਂ ਹਾਈ ਕੋਰਟ ਦਾ ਫੈਸਲਾ ਆਇਆ ਤੁਸੀਂ ਆਪਣੇ ਤਜਰਬੇ ਦੇ ਆਧਾਰ ਤੇ ਇਹ ਫੈਸਲੇ ਨੂੰ ਕਿਹੜੀ ਨਜ਼ਰ ਨਾਲ ਦੇਖਦੇ ਹੋ ਕੀ ਫੈਸਲਾ ਸਹੀ ਹੈ ਜਾਂ ਗਲਤ ਹੈ 2015 ਦਾ ਕ੍ਰਾਈਮ ਹੋਇਆ ਹੋਇਆ ਜਿਹੜਾ ਸਿਰਫ 3000 ਮਹੀਨਿਆਂ ਦੇ ਵਿੱਚ ਹੱਲ ਹੋ ਸਕਦਾ ਸੀ ਜਸਟਿਸ ਜ਼ੂਰਾ ਸਿੰਘ ਕਮਿਸ਼ਨ ਕੋਲੇ ਐਵੀਡੈਂਸ ਆਇਆ ਜਸਟਿਸ ਰਣਜੀਤ ਸਿੰਘ ਇਨਕੁਆਇਰੀ ਕਮਿਸ਼ਨ ਕੋਲੇ ਸ਼ਫੀਸ਼ੈਂਟ ਕਾਫੀ ਐਵੀਡੈਂਸ ਆਇਆ ਜਿਹੜਾ ਕਿਸੇ ਵੀ ਆਈਓ ਨੂੰ ਹੈਲਪ ਕਰਨ ਦੇ ਯੋਗ ਸੀਗਾ ਤੇ ਉਸ ਤੋਂ ਬਾਅਦ ਡਿਫਰੈਂਟ ਸਟ ਨੇ ਜਿਹੜੇ ਇਹਨਾਂ ਮਾਮਲਿਆਂ ਦੀ ਜਿਹੜੀ ਜਾਂਚ ਕੀਤੀ ਉਸ ਤੋਂ ਬਾਅਦ ਜਿਹੜੀ ਇਹ ਆਪਣੇ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਆਈਜੀ ਸਾਹਿਬ ਨੇ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਕਿ ਕਿਤੇ ਇਹ ਸਵਾਲ ਉੱਠਿਆ ਸੀ ਵੀ ਕੋਇਨਸੀਡੈਂਟ ਦੇ ਦੋ ਐਫਆਈਆਰ ਕਿਵੇਂ ਹੋ ਗਏ ਹਾਲਾਂਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਵੀ ਜਦੋਂ ਡਿਫਰੈਂਟ ਵਰਸ਼ਨ ਹੋਵੇ ਕਾਉਂਟਰ ਵਰਸ਼ਨ ਹੋਵੇ ਤਾਂ ਉਹ ਸੈਕੰਡ ਐਫਆਈਆਰ ਪਰਮਿਜੀਬਲ ਹੈ ਦੋ ਐਫਆਈਆਰ ਨੇ ਜਿਹੜੇ ਇੱਕ ਪੁਰਸ ਵੱਲੋਂ ਇੱਕ ਪਬਲਿਕ ਵੱਲੋਂ ਆ ਇਹ ਕੀ ਨੇ ਕਿ ਇੱਕੋ ਦੋਨੇ ਪਬਲਿਕ ਵੱਲੋਂ ਜਿਸ ਕਮਿਸ਼ਨ ਇਨਕੁਆਇਰੀ ਕਮਿਸ਼ਨ ਤੋਂ ਬਾਅਦ ਇਹ ਸਰਕਾਰ ਹੋਣ ਚਾਗੀ ਕਾਂਗਰਸ ਦੀ ਤੇ ਇਹ ਫਿਰ ਇਹਨਾਂ ਨੇ ਜਿਹੜਾ ਹੈਗਾ ਉਹ ਪਰਚਾ ਦਰਜ ਕੀਤਾ ਜਿਹਨੂੰ ਅਕਿਊਜ਼ਡ ਬਣਾਇਆ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਤੇ ਨਾਲ ਆਪਣਾ ਹੋਰ ਜਿਹੜੇ ਡੀਐਸਪੀ ਬਲਜੀਤ ਸਿੰਘ ਜਾਂ ਉਮਰਾਨ ਅੰਗਲ ਜੀ ਤੇ ਇਵਨ ਫਾਈਂਡਿੰਗ ਆ ਇਹ ਵੀ ਦਿੱਤੀਆਂ ਉਹਦੇ ਵਿੱਚ ਵੀ ਜਿਹੜਾ ਡੀਜੀਪੀ ਐ ਸਮੇਂ ਸੈਣੀ ਇਨਵੋਲਵ ਹੈ ਮਨਤਾਰ ਬੜਾਰ ਇਨਵੋਲਵ ਹੈ ਤੇ ਇਮੇਜ ਕਰੀ ਸੀਐਮ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਫਾਈਂਡਿੰਗ ਦਿੱਤੀ ਉਹਨਾਂ ਨੇ ਵੀ ਦੇ ਆਰ ਕਾਂਸਪੀਰੇਟਰਾਂ ਬੋਲਤਨ ਤਰਨੀ ਵਾਲਾ ਮਾਮਲਾ ਹੈ ਇਸ ਕਰਕੇ ਆ ਕਿਹਾ ਇਹ ਜਾ ਰਿਹਾ ਕਿ ਪੁਰਸਲੇ ਜ਼ਖਮੀ ਸੀ ਵੱਡੀ ਗਿਣਤੀ ਦੇ ਵਿੱਚ 46 ਦੇ ਕਰੀਬ ਇਹਦਾ ਮਤਲਬ ਬਾਕੀ ਜਖਮੀ ਹੋਏ ਸੀ ਜਾਂ ਕੋਈ ਉਹਨਾਂ ਨੇ ਆਪਣੀ ਕਹਾਣੀ ਬਣਾ ਲਈ ਕਿ ਅਸੀਂ ਬਚ ਜਾਈਏ ਆਪਣੇ ਬਚਾਅ ਚੋਂ ਲਾਠੀ ਚਾਰਜ ਕੀਤੀ ਆਪਣੇ ਬਚਾਅ ਚੋਂ ਗੋਲੀਆਂ ਚਲਾਈਆਂ ਪੋਲਿਟিক্যাল ਲੋਕਾਂ ਨੇ ਜਾਣਬੁੱਝ ਕੇ ਕੰਪਲਿਕੇਟ ਕਰਤਾ ਹਾਲਾਂਕਿ ਸਪੋਜ਼ ਕਰੋ ਇੱਕ ਮੌਬ ਜਾਂ ਗੈਦਰਿੰਗ ਹੋ ਜਾਂਦੀ ਹੈ ਧਰਨਾ ਦੇ ਰਹੀ ਹੈ ਉੱਥੇ ਫਾਇਰਿੰਗ ਹੋ ਜਾਂਦੀ ਹੈ ਮੌਬ ਜਿਹੜਾ ਹੈਗਾ ਉੱਥੇ ਇਕੱਠਾ ਹੋਇਆ ਉਹ ਦੋਸ਼ੀ ਹੈ ਜਾਂ ਪੁਲਿਸ ਨੇ ਐਕਸੈਸਿਵ ਫੋਰਸ ਯੂਜ਼ ਕੀਤੀ ਜਾਂ ਉੱਥੇ ਜਿਹੜਾ ਡਿਊਟੀ ਮੈਜਿਸਟਰੇਟ ਸੀਗਾ ਉਹਨੇ ਕੀ ਦਿਸ਼ਾ ਨਿਰਦੇਸ਼ ਦਿੱਤੇ ਸੀ ਤੇ ਪੁਲਿਸ ਨੇ ਉਹ ਤੋਂ ਜਾਤੀ ਕੀਤੀ ਕੌਣ ਦੋਸ਼ੀ ਹੈ ਇਹ 6 ਮਹੀਨਿਆਂ ਦੇ ਵਿੱਚ ਪ੍ਰੋਪਰਲੀ ਇਨਵੈਸਟੀਗੇਟ ਹੋ ਸਕਦਾ ਸੀ ਪਰ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕੀਤਾ ਗਿਆ। ਉਮਰ ਵਿਜੇ ਪ੍ਰਤਾਪ ਸਿੰਘ ਤੇ ਵੀ ਇੱਕ ਤਰ੍ਹਾਂ ਦਾ ਉਹ ਉਹ ਦੇ ਕੈਰੀਅਰ ਤੇ ਦਾਗ ਲੱਗ ਗਿਆ। ਜੋ ਫਾਈਂਡਿੰਗ ਆਈਆਂ ਨੇ ਉਹ ਉਹ ਦੇ ਕੈਰੀਅਰ ਨੂੰ ਬੜਾ ਇਫੈਕਟ ਕਰ ਰਹੀਆਂ ਨੇ ਤੇ ਉਹਨੂੰ ਵੀ ਇਹ ਚੈਲੰਜ ਕਰਨਾ ਬਣਦਾ ਹੈ। ਬਿਆਦਬੀ ਮਾਮਲਾ ਅਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਚਾਹੇ ਬਾਬਲਕਲਾਂ ਗੋਲੀकांड ਹੋਵੇ ਚਾਹੇ ਕੋਟਪੂਰਾ ਲਾਠੀ ਚਾਰਜ ਮਾਮਲਾ ਹੋਵੇ। ਉਨ੍ਹਾਂ ਮਾਮਲਿਆਂ ਦੇ ਵਿੱਚ ਅਜੇ ਤੱਕ ਸਿੱਖ ਸੰਗਤ ਇਨਸਾਫ ਦੀ ਉਡੀਕ ਕਰ ਰਹੀ ਹੈ ਨਾਲ ਹੁਣ ਹਾਈ ਕੋਰਟ ਵੱਲੋਂ ਇੱਕ ਫੈਸਲਾ ਆ ਗਿਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜੋ ਜਾਂਚ ਕੀਤੀ ਸੀ ਉਹ ਜਿਹੜੀ ਜਾਂਚ ਹੈ ਉਹ ਮਨਜ਼ੂਰ ਨਹੀਂ ਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਲਾਂਬੇ ਕਰ ਦਿੱਤਾ ਗਿਆ ਆਖਿਰ ਉਹ ਪੁਲਿਸ ਮਹਿਕਮੇ ਤੋਂ ਹੀ ਲਾਂਬੇ ਹੋ ਗਏ ਨੇ ਤੇ ਹੁਣ ਉਹ ਵਕੀਲੀ ਦਾ ਕੀਤਾ ਕਰਨਗੇ ਇਸ ਮਾਮਲੇ ਨਾਲ ਬਹੁਤ ਸਾਰੇ ਤੱਥ ਜੁੜੇ ਹੋਏ ਨੇ ਸਾਡੇ ਨਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਮ ਐਸ ਜੋਸ਼ੀ ਇਹ ਇਹ ਸਾਰਾ ਜੋ ਨਵਾਂ ਫੈਸਲਾ ਆਇਆ ਇਹਦੇ ਬਾਰੇ ਇੱਕ ਹੀ ਆਪਣੀ ਰਾਇ ਰੱਖਦੇ ਨੇ ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਇਆ ਜਾਏਗਾ ਇੱਕ ਪੱਖ ਇਹ ਵੀ ਆ ਰਿਹਾ ਕਿ ਹਾਈ ਕੋਰਟ ਨੇ ਹਦੇਜ ਦਿੱਤੇ ਨੇ ਕਿ ਨਵੀ ਸਿੱਟ 6 ਮਹੀਨੇ ਦੇ ਵਿੱਚ ਵਿੱਚ ਜਾਂਚ ਮੁਕੰਮਲ ਕਰੇ ਤਾਂ ਕਿ ਪੀੜਤ ਧਿਰ ਨੂੰ ਇਨਸਾਫ ਮਿਲ ਸਕੇ ਗੱਲ ਕਰਦੇ ਆ ਜੂਸੀ ਸਾਹਿਬ ਨਾਲ ਕੀ ਲੱਗਦਾ ਜੀ ਤੁਹਾਨੂੰ ਜਿਹੜਾ ਨਵਾਂ ਹਾਈ ਕੋਰਟ ਦਾ ਫੈਸਲਾ ਆਇਆ ਤੁਸੀਂ ਆਪਣੇ ਤਜਰਬੇ ਦੇ ਆਧਾਰ ਤੇ ਇਹ ਫੈਸਲੇ ਨੂੰ ਕਿਹੜੀ ਨਜ਼ਰ ਨਾਲ ਦੇਖਦੇ ਹੋ ਕੀ ਫੈਸਲਾ ਸਹੀ ਹੈ ਜਾਂ ਗਲਤ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਸੁਪਰੀਮ ਕੋਰਟ 'ਚ ਚੁਣੌਤੀ ਮਿਲਣੀ ਹੈ ਇਸ ਫੈਸਲੇ ਨੂੰ ਇਸ ਕਰਕੇ ਕਿਸੇ ਨੂੰ ਵੀ ਇਸ ਮਾਮਲੇ ਤੇ ਆਪਣੀ ਰਾਇ ਰੱਖਣ ਦਾ ਹੱਕ ਤਾਂ ਸ਼ਾਇਦ ਹੋਵੇਗਾ ਸਤਿ ਸ਼੍ਰੀ ਅਕਾਲ ਜੀ ਅਸਲ 'ਚ ਇਹ ਬੜਾ ਸੰਜੀਦਾ ਮਾਮਲਾ ਸੀਗਾ ਜੂਨ 2015 ਚ ਸਾਡੇ ਜ਼ਿਆਦਾ ਵੀ ਗੁਰੂਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ ਸਤੰਬਰ 2015 ਚ ਉਥੇ ਥ੍ਰੈਟਿੰਗ ਪੋਸਟਰ ਲੱਗਦੇ ਨੇ ਤੇ ਅਕਤੂਬਰ 2015 ਚ ਸ੍ਰੀ ਗੁਰੂਗ੍ਰੰਥ ਸਾਹਿਬ ਦੇ ਪੰਨੇ ਗਲੀਆਂ ਚ ਖਿਲਾਰੇ ਜਾਂਦੇ ਨੇ ਤੇ ਬੇਅਦਬੀ ਕੀਤੀ ਜਾਂਦੀ ਹੈ ਜਿਸ ਦੇ ਰੋਸ ਵਜੋਂ ਲੋਕ ਜਿਹੜਾ ਆਪਦਾ ਰੋਸ ਮੁਜ਼ਾਹਰਾ ਕਰਨ ਲਈ ਵੀ ਦੋਸ਼ੀਆਂ ਨੂੰ ਫੜੋ ਜਲਦੀ ਤੇ ਉਹ ਕੋਟਕਪੂਰੇ ਜਿਹੜਾ ਹੈਗਾ ਧਰਨੇ ਤੇ ਬੈਠਦੇ ਨੇ ਉੱਥੋਂ ਦਾ ਡਿਪਟੀ ਕਮਿਸ਼ਨਰ ਦਫਾ 144 CrPC ਦੀ ਦਫਾ 144 ਇੰਪੋਜ਼ ਕਰ ਦਿੰਦੇ ਨੇ ਉਹ ਧਰਨੇ ਦੇ ਵਿੱਚ ਜੇ ਕੋਈ ਵਾਇਲੇਸ਼ਨ ਹੋਈ ਹੈ ਤਾਂ ਕਾਨੂੰਨ ਦੇ ਵਿੱਚ ਪ੍ਰਾਵਧਾਨਾ 188 IPC ਦਾ ਅਫੈਂਸ ਬਣਦਾ ਉਹਦੇ ਤਹਿਤ ਕਾਰਵਾਈ ਹੋ ਸਕਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ 2015 ਦਾ ਕਰਾਇਮ ਹੋਇਆ ਹੋਇਆ ਜਿਹੜਾ ਸਿਰਫ 3000 ਮਹੀਨਿਆਂ ਦੇ ਵਿੱਚ ਹੱਲ ਹੋ ਸਕਦਾ ਜੀ ਜਿਹਦੇ ਵਿੱਚ ਬਾਰ-ਬਾਰ ਜਸਟਿਸ ਜ਼ੂਰਾ ਸਿੰਘ ਕਮਿਸ਼ਨ ਕੋਲੇ ਐਵੀਡੈਂਸ ਆਇਆ ਜਸਟਿਸ ਰਣਜੀਤ ਸਿੰਘ ਇਨਕੁਆਇਰੀ ਕਮਿਸ਼ਨ ਕੋਲੇ ਸਫੀਸ਼ੈਂਟ ਕਾਫੀ ਐਵੀਡੈਂਸ ਆਇਆ ਜਿਹੜਾ ਕਿਸੇ ਵੀ ਆਈਓ ਨੂੰ ਹੈਲਪ ਕਰਨ ਦੇ ਯੋਗ ਸੀਗਾ ਤੇ ਉਸ ਤੋਂ ਬਾਅਦ ਡਿਫਰੈਂਟ ਸਟ ਨੇ ਜਿਹੜੇ ਇਹਨਾਂ ਮਾਮਲਿਆਂ ਦੀ ਜਿਹੜੀ ਜਾਂਚ ਕੀਤੀ ਉਸ ਤੋਂ ਬਾਅਦ ਜਿਹੜੀ ਇਹ ਆਪਣੇ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਆਈਜੀ ਸਾਹਿਬ ਨੇ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਜਸਟਿਸ ਰਣਜੀਤ ਸਿੰਘ ਇਨਕੁਆਇਰੀ ਕਮਿਸ਼ਨ ਦੇ ਕੋਲ ਜਦੋਂ ਅਜੀਤ ਸਿੰਘ ਜਿਹੜਾ ਉਸ ਧਰਨੇ ਦੇ ਵਿੱਚ ਸ਼ਾਮਲ ਸੀ ਤੇ ਗਨਫਾਇਰ ਨਾਲ ਇੰਜਰਡ ਸੀਗਾ ਉਹਨੇ ਕੋਈ ਐਫੀਡੇਵਿਟ ਫਾਈਲ ਕੀਤਾ ਸੀ ਜਿਸ ਦੇ ਆਧਾਰ 'ਤੇ ਇਹ ਰეკਮੈਂਡੇਸ਼ਨ ਹੋਈ ਵੀ ਇਹਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰੋ ਇਹ ਪਹਿਲਾਂ ਉਸ ਇਨਸੀਡੈਂਟ ਦੀ ਐਫਆਈਆਰ 192 ਇਹ ਪਟੀਸ਼ਨਰ ਜਿਹੜਾ ਹੁਣ ਇਸ ਕੇਸ 'ਚ ਪਟੀਸ਼ਨਰ ਸੀ ਗੁਰਦੀਪ ਸਿੰਘ ਐਸਐਚਓ ਪੀਐਸ ਕੋਰਟ ਫੂਰਾ ਜੋ ਸਮੇਂ ਲੱਗਿਆ ਸੀਗਾ ਉਹਨਾਂ ਨੇ ਦਰਜ ਕੀਤੀ ਸੀ ਪਰ ਬਾਅਦ 'ਚ ਅਜੀਤ ਸਿੰਘ ਦਾ ਬਿਆਨ ਜਦੋਂ ਆਇਆ ਤਾਂ ਉਸੇ ਇਨਸੀਡੈਂਟ ਦੇ ਵਿੱਚ ਅ ਅਜੀਤ ਸਿੰਘ ਦੇ ਬਿਆਨ ਤੇ ਇੱਕ ਨਵਾਂ ਪਰਚਾ ਐਫ ਆਈ ਆਰ 129 ਦਰਜ ਹੋਈ ਹੁਣ ਗੱਲ ਇਹ ਆ ਵੀ ਐ ਇਹਦੇ ਇੱਕ ਤਾਂ ਇਹ ਸਵਾਲ ਉੱਠਿਆ ਸੀ ਵੀ ਕੋਈ ਇਨਸੀਡੈਂਟ ਦੀ ਦੋ ਐਫ ਆਈ ਆਰ ਕਿਵੇਂ ਹੋ ਗੀਆਂ ਹਾਲਾਂਕਿ ਸੁਪਰੀਮ ਕੋਰਟ ਦੇ ਫੈਸਲੇ ਨੇ ਵੀ ਜਦੋਂ ਡਿਫਰੈਂਟ ਵਰਸ਼ਨ ਹੋਵੇ ਕਾਉਂਟਰ ਵਰਸ਼ਨ ਹੋਵੇ ਤਾਂ ਉਹ ਸੈਕੰਡ ਐਫ ਆਈ ਆਰ ਪਰਮਿਜਿਬਲ ਹੈ ਇੱਕ ਇਹ ਵੀ ਦੱਸ ਦਿਓ ਸਾਡੇ ਜਿਹੜੇ ਦਰਸ਼ਕ ਨੇ ਕਿ ਦੋ ਐਫਆਈਆਰ ਹਨ ਜਿਹੜੀਆਂ ਇੱਕ ਪੁਲਿਸ ਵੱਲੋਂ ਇੱਕ ਪਬਲਿਕ ਵੱਲੋਂ ਆ ਇਹ ਕੀ ਨੇ ਕਿ ਇੱਕੋ ਦੋਨੇ ਪਬਲਿਕ ਵੱਲੋਂ ਨੇ ਗੱਲ ਇਹ ਹੈ ਜਦੋਂ ਇਹ ਧਰਨੇ ਦੇ ਉੱਤੇ 14 10 2015 ਨੂੰ ਇਹ ਜਾਦਤੀ ਹੁੰਦੀ ਹੈ ਜਿਵੇਂ ਅਲੱਜ ਕੀਤਾ ਜਾਂਦਾ ਵੀ ਪਾਣੀ ਦੇ ਬਿਛਾੜਾ ਫਿਰ ਲਾਠੀ ਚਾਰਜ ਫਿਰ ਫਾਇਰਿੰਗ ਹੁੰਦੀ ਹੈ ਜਿਹਦੇ ਵਿੱਚ ਜਿਹੜੇ ਬਹੁਤ ਸਾਰੇ ਬੰਦੇ ਕੋਈ 7-8 ਤੱਕ ਗਨ ਫਾਇਰਿੰਗ ਹੁੰਦੇ ਤੇ ਵੈਸੇ ਬਹੁਤ ਸਾਰੇ ਬੰਦੇ ਇੰਜਰਡ ਹੁੰਦੇ ਨੇ ਇਸ ਪੁਰਸ ਨੇ ਉਹ ਜਿਹੜੀ ਐਫ ਆਈ ਆਰ 192 ਸੀਗੀ ਉਹਦੇ ਵਿੱਚ ਆਪਣਾ ਵਰਸ਼ਨ ਜਿਹੜਾ ਹੈਗਾ ਰਿਕਾਰਡ ਕੀਤਾ ਆਪਣੇ ਹਿਸਾਬ ਨਾਲ ਉਹਦੇ ਵਿੱਚ ਜਿਹੜੇ ਅਕਿਊਡ ਪੰਥਪ੍ਰੀਤ ਵਗੈਰਾ ਸੀਗੇ ਭਾਈ ਪੰਥਪ੍ਰੀਤ ਉਹ ਨਹੀਂ ਉਹਨਾਂ ਨੂੰ ਅਕਿਊਡ ਬਣਾਇਆ ਸੀ ਲੇਕਿਨ ਬਾਅਦ ਦੇ ਵਿੱਚ ਕਿਹਾ ਵੀ ਇਹਨਾਂ ਦੇ ਖਿਲਾਫ ਕੋਈ ਐਵੀਡੈਂਸ ਨਹੀਂ ਉਹਨਾਂ ਨੂੰ ਬਾਅਦ ਚ ਡਿਸਚਾਰਜ ਕਰਾਤਾ ਜਾਂ ਰਿਲੀਜ਼ ਕਰਾਤਾ ਕਸ਼ਤੀ ਜੋ ਤੇ ਉਸ ਤੋਂ ਬਾਅਦ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਇਨਕੁਆਇਰੀ ਕਮਿਸ਼ਨ ਤੋਂ ਬਾਅਦ ਇਹ ਸਰਕਾਰ ਹੋਂਚ ਆ ਗਈ ਕਾਂਗਰਸ ਦੀ ਤੇ ਇਹ ਫਿਰ ਇਹਨਾਂ ਨੇ ਜਿਹੜਾ ਹੈਗਾ ਉਹ ਪਰਚਾ ਦਰਜ ਕੀਤਾ ਤੇ ਉਸ ਸਮੇਂ ਕੁਝ ਕੇਸ ਜਿਹੜੇ ਸੀਬੇ ਨੂੰ ਚਲੇ ਗਏ ਸੀ ਬਾਦ ਸਰਕਾਰ ਨੇ ਭੇਜੇ ਸੀਗੇ ਉਹਦੇ ਬਾਰੇ ਤੁਹਾਨੂੰ ਯਾਦ ਹੋਏਗਾ ਵੀ ਵਿਧਾਨ ਸਭਾ ਦੇ ਵਿੱਚ ਸਾਰੇ ਜਿਹੜੇ ਹੈਗੇ ਨੇ ਐਮ ਐਲ ਏ ਨੇ ਕਿਹਾ ਸੀਗਾ ਵੀ ਇਹਦੇ ਵਿੱਚ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਤੇ ਤਾਂ ਸੀਬੇ ਨੂੰ ਇੱਕ ਵਾਰੀ ਪਿੰਜਰੇ ਦਾ ਤੋਤਾ ਕਿਹਾ ਜਾਂਦਾ ਸੀ ਉਹ ਇਹ ਲੱਗਦਾ ਸੀ ਕਿ ਅਕਾਲੀ ਦਲ ਬਾਦਲ ਤੇ ਬੀਜਪੀ ਇੱਕ ਨੇ ਕੇਂਦਰ ਦੇ ਵਿੱਚ ਬੀਜਪੀ ਦੀ ਸਰਕਾਰ ਆ ਵੀ ਸੀਬੀਏ ਹੋ ਸਕਦਾ ਪ੍ਰੈਸ਼ਰ ਦੇ ਹੇਠ ਹੋਵੇ ਇਸ ਕਰਕੇ ਸੀਬੀਏ ਦੀ ਜਾਂਚ ਨਾ ਕਰੇ ਤਾਂ ਕਰਕੇ ਜਿਹੜੇ ਕਾਂਗਰਸ ਦੇ ਜਿਹੜੇ ਵਿਧਾਇਕਾਂ ਨੇ ਇਹ ਮਾਮਲਾ ਉਠਾਇਆ ਸੀਗਾ ਨੋ ਡਾਊਟ ਪਰ ਗੱਲ ਤਾਂ ਇਹ ਹੈ ਵੀ ਜਿਸ ਸੰਜੀਦਗੀ ਨਾਲ ਲੋਕਾਂ ਨੂੰ ਉਦੋਂ ਇਹਨਾਂ ਨੇ ਉਹ ਜਿਹੜਾ ਹੈਗਾ ਏਅਰ ਕੀਤਾ ਗਿਆ ਉਹ ਜਿਹੜਾ ਪ੍ਰोसीडिंग ਸੀਗੀਆਂ ਵਿਧਾਨ ਸਭਾ ਦੀਆਂ ਤੇ ਲੋਕਾਂ ਨੂੰ ਬੜਾ ਇੱਕ ਆਸ ਭਜਾਈ ਸੀ ਕਿ ਵੀ ਇਹ ਬਹੁਤ ਜਲਦੀ ਇਨਸਾਫ ਕਰਨਗੇ ਪਰ ਅੱਜ ਹਾਲਾਤ ਇਹ ਬਣ ਗਏ ਵੀ ਵੀ ਲੋਕ ਜਿਹੜਾ ਆਪਦੇ ਆਪ ਨੂੰ ਠਗੇ ਮਹਿਸੂਸ ਕਰਦੇ ਨੇ ਲੋਕਾਂ ਨੂੰ ਮਜੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੇਅਦਵੀ ਦੇ ਮਾਮਲੇ 'ਚ ਤੇ ਬੇਅਦਵੀ ਤੋਂ ਬਾਅਦ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਇੰਜਰਡ ਹੋਏ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਸਗੋਂ ਅਸੀਂ ਮੁਰ 2015 ਵਾਲੀ ਸਥਿਤੀ ਚ ਆ ਗਿਆਂ ਇਹਦੇ ਲਈ ਕੌਣ ਦੋਸ਼ੀ ਹੈ ਕਿਹਦੀ ਇਹਦੇ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਹੁਣ ਜੋ ਹਾਲਾਤ ਹੋਏ ਨੇ ਉਸ ਤੋਂ ਬਾਅਦ ਜਦੋਂ ਇਹ ਦੂਸਰੀ ਐਫਆਈਆਰ ਦੇ ਵਿੱਚ ਕੁਝ ਪੁਲਿਸ ਅਫਸਰ ਅਕਿਊਜ਼ਡ ਬਣੇ ਤਾਂ ਪਹਿਲਾ ਚਰਨਜੀਤ ਸਿੰਘ ਵਗੈਰਾ ਹਾਈ ਕੋਰਟ ਦੇ ਵਿੱਚ ਆਏ ਸੀ ਉਦੋਂ ਸਾਡੇ ਹਾਈ ਕੋਰਟ ਨੇ ਜਿਹੜਾ ਉਹਨਾਂ ਦਾ ਰੈਜ਼ੋਲੂਸ਼ਨ ਨੂੰ ਚੈਲੰਜ ਕਰਨ ਵਾਲੀ ਗੱਲ ਸੀ ਉਹ ਡਿਕਲਾਈਨ ਕਰਤੀ ਸੀਗੀ ਤੇ ਉਸ ਤੋਂ ਬਾਅਦ ਇਹ ਜਿਹੜੇ ਗੁਰਦੀਪ ਸਿੰਘ ਐਸ ਐਚ ਓ ਸੀ ਉਸ ਸਮੇਂ ਜਿਹਨੂੰ ਅਕਿਊਜ਼ਡ ਬਣਾਇਆ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਤੇ ਨਾਲ ਆਪਣਾ ਹੋਰ ਜਿਹੜੇ ਡੀ ਐਸ ਪੀ ਬਲਜੀਤ ਸਿੰਘ ਜਾਂ ਉਮਰਾਨ ਅੰਗਲ ਜੀ ਤੇ ਇਵਨ ਫਾਈਂਡਿੰਗ ਆ ਇਹ ਵੀ ਦਿੱਤੀਆਂ ਉਹਦੇ ਵਿੱਚ ਵੀ ਜਿਹੜਾ ਡੀ ਜੀ ਪੀ ਇਹ ਸਮੇਂ ਇਨ ਇਨਵੋਲਵ ਹੈ ਮੁੰਤਾਰ ਬੜਾਰ ਇਨਵੋਲਵ ਹੈ ਤੇ ਇਮੇਜ ਕਰੀ ਸੀ ਐਮ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਫਾਈਂਡਿੰਗ ਦਿੱਤੀ ਉਹਨਾਂ ਨੇ ਵੀ ਦੇ ਆਰ ਕਾਂਸਪੀਰੇਟਰ ਪਰ ਕੋਰਟ ਨੇ ਜਦੋਂ ਇਹਨੂੰ ਐਗਜ਼ਾਮਨ ਕੀਤਾ ਹਾਈ ਕੋਰਟ ਨੇ ਤਾਂ ਇਹ ਪਾਇਆ ਕਿ ਵੀ ਸਿਰਫ ਕਾਲ ਡਿਟੇਲ ਦੇ ਬੇਸ ਤੇ ਕਿਸੇ ਨੂੰ ਕਾਂਸਪੀਰੇਟਰ ਗਰਦਾਨੀਆਂ ਨਹੀਂ ਜਾ ਸਕਦਾ ਕੋਈ ਸੋਲਿਡ ਐਵੀਡੈਂਸ ਹੋਵੇ ਤਦ ਹੀ ਇਹ ਗੱਲਾਂ ਹੁੰਦੀਆਂ ਨੇ ਤੇ ਦੂਸਰਾ ਕੋਰਟ ਦੇ ਵਿੱਚ ਇਹ ਮਾਮਲਾ ਉਠਿਆ ਬਈ ਇਨਵੈਸਟੀਗੇਸ਼ਨ ਦੇ ਦੌਰਾਨ ਪੋਲਿਟੀਕਲ এজেন্ডੇ ਨੂੰ ਪ੍ਰਮੋਟ ਕਰਨ ਲਈ ਕਹਿੰਦੇ ਇਹਨਾਂ ਨੇ ਕੋਈ ਇੰਟਰਵਿਊ ਦਿੱਤੀ ਹੈ پارਲੀਮੈਂਟਰੀ ਇਲੈਕਸ਼ਨ ਦੇ ਦੌਰਾਨ ਤੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਆਧਾਰ ਬਣਾ ਕੇ ਜਿਹੜਾ ਹੁਣ ਹਾਈ ਕੋਰਟ ਦਾ ਫੈਸਲਾ ਆਇਆ ਉਹਦੇ ਵਿੱਚ ਸਥਿਤੀ ਇਹ ਪੈਦਾ ਹੋ ਗਈ ਵੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਨੂੰ 173 ਦੀ ਰਿਪੋਰਟ ਨੂੰ ਰੱਦ ਕਰਤਾ ਲੇਕਿਨ ਐਫ ਆਈ ਆਰ ਵਾਸਤੇ ਉਹਨਾਂ ਨੇ ਪ੍ਰੇਅਰ ਕਰੀਦੀ ਵੀ ਐਫ ਆਈ ਆਰ ਵੀ ਕੋਸ਼ਿਸ਼ ਕੀਤੀ ਉਹ ਉਹਨਾਂ ਦੀ ਜਿਹੜੀ ਹੈਗੀ ਹੈ ਗੱਲ ਨਹੀਂ ਮੰਨੀ ਗਈ ਐਫ ਆਈ ਆਰ ਸਟੈਂਡ ਕਰਦੀ ਹੈ ਤੇ ਕੋਰਡਨੇਟ ਡਾਇਰੈਕਸ਼ਨ ਦੇਤੀ ਵੀ ਦੋਨੋਂ ਐਫ ਆਈ ਆਰ ਨੂੰ ਵਿਦਨ 6 ਮੰਥ ਜਿਹੜੀ ਪੰਜਾਬ ਸਰਕਾਰ ਆ ਜਿਹੜੀ ਉਹ ਸਟ ਨਵੀਂ ਬਣਾ ਕੇ ਸਪੈਸ਼ਲ ਇਨਵੈਸਟੀਗੇਟਿਨ ਟੀਮ ਬਣਾ ਕੇ ਪ੍ਰੈਫਰੇਬਲੀ ਵਿਦਨ 6 ਮੰਥ ਜਿਹੜਾ ਇਹਦੀ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਜਸਟਿਸ ਲੋਕਾਂ ਨੂੰ ਛੇਤੀ ਦਿੱਤਾ ਜਾਵੇ ਜੀਬ ਸਾਹਿਬ ਇੱਕ ਕੋਲਿਜਨ ਟਾਣੇ ਵਾਲਾ ਮਾਮਲਾ ਹੈ ਇਸ ਕਰਕੇ ਆ ਕਿਹਾ ਇਹ ਜਾ ਰਿਹਾ ਕਿ ਪੁਰਸਾਰੇ ਜ਼ਖਮੀ ਸੀ ਵੱਡੀ ਗਿਣਤੀ ਦੇ ਵਿੱਚ 46 ਦੇ ਕਰੀਬ ਇਹਦਾ ਮਤਲਬ ਉਹ ਬਾਕੀ ਜ਼ਖਮੀ ਹੋਏ ਸੀ ਜਾਂ ਕੋਈ ਉਹਨਾਂ ਨੇ ਆਪਣੀ ਕਹਾਣੀ ਬਣਾ ਲਈ ਕਿ ਅਸੀਂ ਬਚ ਜਾਈਏ ਆਪਣੇ ਬਚਾਅ ਚੋਲੇ लाठी चार्ज ਕੀਤਾ ਆਪਣੇ ਬਚਾਅ ਚੋ ਗੋਲੀਆਂ ਚਲਾਈਆਂ ਇਹ ਕਿਤੇ ਨਾ ਕਿਤੇ ਸਾਰੇ ਕਾਸੇ ਨੂੰ ਜਿਹੜੀ ਜਾਂਚ ਆ ਉਹਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਆ ਕਿ ਥੋੜਾ ਮਾਮਲਾ ਡਿਲੇ ਹੋ ਜੇ ਜਦੋਂ ਮਾਮਲਾ ਡਿਲੇ ਹੋ ਜਾਂਦਾ ਫਿਰ ਲੋਕਾਂ ਦਾ ਧਿਆਨ ਵੀ ਹਟ ਜਾਂਦਾ ਤੇ ਇਨਸਾਫ ਵੀ ਪੂਰਾ ਨਹੀਂ ਮਿਲਦਾ ਲੋਕਾਂ ਨੂੰ ਦੇਖੋ ਜਿਹੜੇ ਵੀ ਮਾਮਲੇ ਜਿਹਦੇ ਵਿੱਚ ਡਿਲੇ ਹੋ ਜਾਂਦੀ ਹੈ ਕੋਰਟਸ ਦਾ ਵੀ ਕਹਿਣਾ ਹੈ ਵੈਸੇ ਵੀ ਲੋਕਾਂ ਦੀ ਜਨਰਲ ਨੌਲੇਜ ਦੀ ਗੱਲ ਹੈ ਵੀ ਸਮੇਂ ਦੇ ਨਾਲ ਡਿਸਟਰਕਸ਼ਨ ਆਫ ਐਵੀਡੈਂਸ ਜਿਹੜਾ ਐਵੀਡੈਂਸ ਦੀ ਉਹ ਵੈਲਿਊ ਨਹੀਂ ਰਹਿਦੀ ਐਵੀਡੈਂਸ ਖਤਮ ਹੋ ਜਾਂਦਾ ਹੈ ਇਸ ਕੇਸ ਨੂੰ ਵੀ ਚਾਹੇ ਤਾਂ ਪੋਲੀਟੀਕਲ ਲੋਕਾਂ ਨੇ ਜਾਣਬੁੱਝ ਕੇ ਕੰਪਲੀਕੇਟ ਕਰਤਾ ਹਾਲਾਂਕਿ ਸਪੋਜ਼ ਕਰੋ ਇੱਕ ਮੌਬ ਜਾਂ ਗੈਦਰਿੰਗ ਹੋ ਜਾਂਦੀ ਹੈ ਧਰਨਾ ਦੇ ਰਹੀ ਹੈ ਉੱਥੇ ਫਾਇਰਿੰਗ ਹੋ ਜਾਂਦੀ ਹੈ ਮੌਬ ਜਿਹੜਾ ਹੈਗਾ ਉੱਥੇ ਇਕੱਠਾ ਹੋਇਆ ਉਹ ਦੋਸ਼ੀ ਹੈ ਜਾਂ ਪੁਲਿਸ ਨੇ ਐਕਸੈਸਿਵ ਫੋਰਸ ਯੂਜ਼ ਕੀਤੀ ਜਾਂ ਉੱਥੇ ਜਿਹੜਾ ਡਿਊਟੀ ਮੈਜਿਸਟਰੇਟ ਸੀਗਾ ਉਹਨੇ ਕੀ ਦਿਸ਼ਾ ਨਿਰਦੇਸ਼ ਦਿੱਤੇ ਸੀ ਤੇ ਪੁਲਿਸ ਨੇ ਉਹ ਤੋਂ ਜਾਤੀ ਕੀਤੀ ਕੌਣ ਦੋਸ਼ੀ ਹੈ ਇਹ 6 ਮਹੀਨਿਆਂ ਦੇ ਵਿੱਚ ਪ੍ਰੋਪਰਲੀ ਇਨਵੈਸਟੀਗੇਟ ਹੋ ਸਕਦਾ ਸੀ ਪਰ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕੀਤਾ ਗਿਆ ਪਰ ਮੈਂ ਹੁਣ ਗੱਲ ਕਰਦਾ ਸੀ ਜਿਹੜੀ ਜਜਮੈਂਟ ਆਈ ਹੈ ਜਜਮੈਂਟ ਦੇ ਵਿੱਚ ਜਿਹੜਾ ਕੋਰਟਸ ਨੇ ਜਿਹੜਾ ਐਵੀਡੈਂਸ ਨੂੰ ਐਪਰੀਸ਼ੀਏਟ ਕਰਕੇ ਜਿਹੜਾ ਇਹ ਫੈਸਲਾ ਦਿੱਤਾ ਉਹਦੇ ਵਿੱਚ ਕਈ ਗੱਲਾਂ ਹੁੰਦੀਆਂ ਨੇ ਵੀ ਜਿਹੜਾ ਐਵੀਡੈਂਸ ਹੈ ਇਹ ਇਹ ਜਿਹੜਾ ਆਈਓ ਹੈ ਇਨਵੈਸਟੀਗੇਟਿੰਗ ਆਫੀਸਰ ਹੈ ਉਹਨੇ ਜਿਹੜਾ ਸਟੇਟਮੈਂਟ ਨੇ ਜਿਹੜਾ ਹੈਗਾ ਥੋੜਾ ਟੈਂਟਡ ਕਰਤੀਆਂ ਜਾਂ ਇਹ ਕਹਿ ਲੋ ਵੀ ਮੈਨੂਫੈਕਚਰ ਕੀਤੀਆਂ ਜਾਂ ਇਹ ਕਹਿ ਲੋ ਵੀ ਸਟੇਟਮੈਂਟ ਚੇਂਜ ਹੋ ਗਿਆ ਅਸਲ 'ਚ ਵਿਟਨੈਸ ਨੇ ਸਟੇਟਮੈਂਟ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਪਾਸ ਦਿੱਤੀ ਤੇ ਪਹਿਲਾਂ ਜਿਹੜੀ ਐਫ ਆਈ ਆਰ ਪੁਲਿਸ ਵੱਲੋਂ ਦਰਜ ਹੋਈ ਤੇ ਉਹਦੇ ਵਿੱਚ ਸਟੇਟਮੈਂਟ ਕੁਸ ਵਿਟਨੈਸ ਨੇ ਦਿੱਤੀ ਤਾਂ ਜਿਹੜੀ ਕੁਮਰ ਵਿਜੇ ਪ੍ਰਤਾਪ ਨੇ ਉਹਨਾਂ ਦੇ ਵਿੱਚ ਥੋੜਾ ਥੋੜਾ ਅੰਤਰ ਹੈ ਇਹ ਪਰ ਅੰਤਰ ਆਉਣਾ ਸੁਭਾਵਿਕ ਹੈ ਪਰ ਇਸ ਚੀਜ਼ ਨੂੰ ਜਿਹੜਾ ਹੈਗਾ ਟ੍ਰਾਇਲ ਕੋਰਟ ਵੀ ਐਪਰੀਸ਼ੀਏਟ ਕਰ ਸਕਦੀ ਹੈ ਵੀ ਕਿਹੜਾ ਪਾਰਟ ਵਿਟਨੈਸ ਦਾ ਸਹੀ ਹੈ ਗਲਤ ਹੈ ਪਮੇ ਕੋਰਟ ਨੇ ਜਿਹੜਾ ਹਾਈ ਕੋਰਟ ਨੇ ਹੁਣ ਫੈਸਲਾ ਦਿੱਤਾ ਹੈ ਇਹ ਉਹਨਾਂ ਨੇ ਪੂਰਾ ਡਿਟੇਲਡ ਤੌਰ ਤੇ ਜਸਟੀਫਾਈ ਕੀਤਾ ਆਪਣਾ ਫੈਸਲਾ ਪਰ ਇਹ ਫੈਸਲਾ ਜਿਹੜਾ ਹੈਗਾ ਡਿਬੇਟੇਬਲ ਹੈ ਕਿ ਕੋਰਟਾਂ ਨੂੰ ਇੰਨੇ ਜਿਹੜੇ ਹੈਗਾ ਇਸ ਹਾਲਾਤ ਦੇ ਵਿੱਚ ਕੀ ਜੋ ਟ੍ਰਾਇਲ ਕੋਰਟ ਦੇ ਵਿੱਚ ਐਪਰੀਸ਼ੀਏਸ਼ਨ ਆਫ ਐਵੀਡੈਂਸ ਪ੍ਰੋਪਰਲੀ ਹੋ ਸਕਦਾ ਕੀ ਹਾਈ ਕੋਰਟ ਰੈਟ ਜੂਡਿਕਸ਼ਨ ਦੇ ਵਿੱਚ ਉਦਾਂ ਦੀ ਐਪਰੀਸ਼ੀਏਸ਼ਨ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਕੀ ਟ੍ਰਾਇਲ ਕੋਰਟ ਦੀ ਜਿਹੜੀ ਡੋਮੇਨ ਹੈ ਜਾਂ ਜਿਹੜੀ ਪ੍ਰਸ਼ਾਸਨਿਕ ਸਰਕਾਰ ਦੀ ਡੋਮੇਨ ਹੈ ਕਿਸ ਨੂੰ ਸੱਟ ਦੇ ਵਿੱਚ ਰੱਖਣਾ ਹੈ ਕਿਸ ਨੂੰ ਨਹੀਂ ਰੱਖਣਾ ਕੌਣ ਸੱਟ ਪ੍ਰੋਪਰ ਹੈ ਨਹੀਂ ਹੈ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਸਰਕਾਰ ਦੀ ਡੋਮੇਨ ਜੰਦੇ ਨੇ ਕੀ ਹਾਈ ਕੋਰਟ ਜਸਟੀਫਾਈ ਹੈ ਇਦਾਂ ਦੀਆਂ ਡਾਇਰੈਕਸ਼ਨਾਂ ਦੇਣ ਦੀ ਕਿ ਇਹ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜੋ ਐਵੀਡੈਂਸ ਕਲੈਕਟ ਕੀਤਾ ਸਟੇਟਮੈਂਟ ਆਫ ਵਿਟਨੈਸ ਦਿੱਤੀਆਂ ਕੋਲ ਡੀਟੇਲ ਇਕੱਠੀਆਂ ਕੀਤੀਆਂ ਕਿ ਉਹਨਾਂ ਦੀ ਵੈਲਿਊ ਖਤਮ ਹੋ ਗਈ ਜਾਂ ਉਹ ਐਜ਼ ਇਟ ਇਜ਼ ਹੈ ਕਿ ਨਮੀ ਸਿੱਟ ਦੇ ਕੰਮ ਹੋਣਗੀਆਂ ਜਾਂ ਕੀ 6 ਸਿਖਸ ਮੰਥ ਦੇ ਵਿੱਚ ਜਿਹੜੀ ਡਾਇਰੈਕਸ਼ਨ ਦਿੱਤੀ ਹੈ ਅ ਆਮ ਤੌਰ ਤੇ ਅਮੂਮਨ ਤੁਸੀਂ ਦੇਖਿਆ ਹੋਊਗਾ ਡੇਰਾ ਸੱਚਾ ਸੌਦਾ ਦੇ ਖਿਲਾਫ ਇੱਕ ਗੁੰਮਨਾਮ ਚਿੱਠੀ ਆਈ ਸੀ ਹਾਈ ਕੋਰਟ ਨੇ ਉਹਦੇ ਵਿੱਚ ਡਾਇਰੈਕਸ਼ਨ ਦਿੱਤੀ ਸੀ ਕਿ ਵਿਦਨ 6 ਮਨთ ਜਿਹੜਾ ਇਹਦੀ ਇਨਵੈਸਟੀਗੇਸ਼ਨ ਕੰਪਲੀਟ ਕਰੋ ਪਰ ਉਹ ਸੀਬੀਆਈ بار بار ਹਾਈ ਕੋਰਟ ਨੂੰ ਅਪਰੋਚ ਕਰਦਾ ਰਿਹਾ ਕਿ ਜੀ ਕੰਪਲਿਕੇਟਿਡ ਮੈਟਰ ਹੈ ਤੇ ਸਾਨੂੰ ਫਰਦਰ ਇਨਵੈਸਟਿਗੇਸ਼ਨ ਲਈ 6 ਮੰਥ ਹੋਰ ਚਾਹੀਦੇ ਨੇ 6 ਮੰਥ ਹੋਰ ਚਾਹੀਦੇ ਉਹ 5 ਸਾਲ ਬਾਅਦ ਚਲਾਨ ਪੇਸ਼ ਹੋਇਆ باوجود ਇਸ ਦੇ ਵੀ ਵਿਦਨ 6 ਮੰਥ ਹੁਣ ਇਸ ਕੇਸ ਦੇ ਵਿੱਚ ਵੀ ਅਗਰ ਅਸੀਂ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਵੀ ਜੱਜ ਸਾਹਿਬ ਨੇ ਡਾਇਰੈਕਸ਼ਨ ਦਿੱਤੀ ਵਿਦਨ 6 ਮੰਥ ਕੰਪਲੀਟ ਕਰੋ ਇਹਨੂੰ 6 ਮੰਥ ਚ ਕੋਈ ਨਹੀਂ ਕਰਨ ਲੱਗਿਆ ਕਿਉਂਕਿ ਮੂਰੇ ਅੱਗੇ ਇਲੈਕਸ਼ਨ ਆ ਰਹੀਆਂ ਨੇ ਇਹਦੇ ਵਿੱਚ ਟਾਈਮ ਲਿਆ ਜਾਏਗਾ ਫਿਰ ਟਾਈਮ ਲਿਆ ਜਾਏਗਾ ਫਿਰ ਲੈ ਜਾਏਗਾ ਤੇ ਐਵੀਡੈਂਸ ਆਲਰੇਡੀ ਟੈਂਟਡ ਹੋ ਗਿਆ ਡਿਫਰੈਂਟ ਵਰਸ਼ਨ ਆਗੇ ਵਿਟਨੈਸ ਦੇ ਜਾਨੀ ਮਾਮਲੇ ਦੇ ਵਿੱਚ ਇੱਕ ਇੱਕ ਤਰ੍ਹਾਂ ਹਾਈ ਕੋਰਟ ਨੇ ਜਦੋਂ ਐਪਰੀਸੀਏਸ਼ਨ ਆਫ ਐਵੀਡੈਂਸ ਕਰਤਾ ਤੇ ਇਨਵੈਸਟੀਗੇਸ਼ਨ ਨੂੰ ਮਲੇਸ਼ੀਅਸ ਕਹਤਾ ਮੈਲਾਫਾਈਡ ਕਹਤਾ ਤਾਂ ਟ੍ਰਾਇਲ ਕੋਰਟ ਦੀ ਕੋਈ ਜ਼ਰਤ ਨਹੀਂ ਕਿ ਕਿਸੇ ਨੂੰ ਕਨਵਿਕਟ ਕਰ ਦੇ ਫਿਰ ਇਹ ਬੜਾ ਮਾਮਲਾ ਪੇਚੀਦਾ ਹੋ ਗਿਆ ਸਰਕਾਰ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਤੇ ਮਾਮਲੇ ਦੇ ਵਿੱਚ ਦੇਖੋ ਸਰਕਾਰ ਦੀ ਲੀਗਲ ਟੀਮ ਹੈ ਡਿਸੀਜਨ ਤਾਂ ਉਹਨਾਂ ਨੇ ਲੈਣਾ ਹੈ ਪਰ ਮੇਰੇ ਵਿਚਾਰ ਦੇ ਵਿੱਚ ਇਹਦੇ ਵਿੱਚ ਸਰਕਾਰ ਨੂੰ ਡਬਲ ਬੈਂਚ ਦੇ ਐਲਪੀਏ ਪਾਉਣੀ ਚਾਹੀਦੀ ਹੈ ਲੈਟਰ ਪੇਟੈਂਟ ਅਪੀਲ ਪਾਉਣੀ ਕਿਉਂਕਿ ਰਿਟ ਜੂਡਿਕਸ਼ਨ ਦੇ ਵਿੱਚ ਫੈਸਲਾ ਹੋਇਆ ਹੈ ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਉਹ ਉਹ ਡਿਬੇਟੇਬਲ ਹੈ ਜੀ ਇਹ ਕਹਿ ਕੇ ਉਹਦਾ ਆਪਰੇਸ਼ਨ ਸਟੇ ਕਰਾਇਆ ਜਾ ਸਕਦਾ ਹੈ ਤੇ ਜਿਹੜਾ ਹੈਗਾ ਆਫਟਰ ਨੋਟਿਸ ਦੂਜੀ ਤਰ੍ਹਾਂ ਨੂੰ ਜਲਦੀ ਬੁਲਾ ਕੇ ਇਹਦਾ ਵਿਧਨ 3 ਮੰਥਸ ਫੈਸਲਾ ਦੁਬਾਰੇ ਵੀ ਕਰਾਇਆ ਜਾ ਸਕਦਾ ਤੇ ਦੂਜਾ ਇਹ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਵੀ ਇੱਕ ਤਰ੍ਹਾਂ ਦਾ ਉਹ ਉਹ ਦੇ ਕੈਰੀਅਰ ਤੇ ਦਾਗ ਲੱਗ ਗਿਆ ਜੋ ਫਾਈਂਡਿੰਗ ਆਈਆਂ ਨੇ ਉਹ ਉਹਦੇ ਕੈਰੀਅਰ ਨੂੰ ਬੜਾ ਇਫੈਕਟ ਕਰ ਰਹੀਆਂ ਨੇ ਤੇ ਉਹਨੂੰ ਵੀ ਇਹ ਚੈਲੰਜ ਕਰਨਾ ਬਣਦਾ ਕਿਉਂਕਿ ਉਹਨੇ ਪਬਲਿਕ ਦਾ 뷰 ਹੈ ਵੀ ਉਹ ਅੱਛਾ ਆਫੀਸਰ ਹੈ ਇਮਾਨਦਾਰ ਆਫੀਸਰ ਹੈ ਪਰ ਕੋਰਟ ਦੀ ਫਾਈਂਡਿੰਗ ਆ ਗਈ ਜਿਹੜੀ ਅੰਬੀ ਇਹ ਮਲੇਸ਼ੀ ਸੀ ਉਹਨੇ ਜਿਹੜੇ ਪੁਲਿਸ ਵਾਲੇ ਇੰਜਰਡ ਸੀਗੇ ਉਹਨਾਂ ਦੇ ਵਿਟਨੈਸ ਨੂੰ ਇਗਨੋਰ ਕੀਤਾ ਜੋ ਰਿਕਵਰੀਆਂ ਹੋਈਆਂ ਉਹਨੂੰ ਇਗਨੋਰ ਕੀਤਾ ਉਹਨੇ ਇੱਕ ਸੀਜੀਐਮ ਦੇ ਖਿਲਾਫ ਵੀ ਕੋਈ ਐਪਲੀਕੇਸ਼ਨ ਪਾਈ ਜਿਸ ਨੇ ਰਿਮਾਂਡ ਇੱਕ ਦਿਨ ਦਾ ਦਿੱਤਾ ਇਹ ਵੱਧ ਦਾ ਮੰਗਦੇ ਸੀਗੇ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਪਰ ਸਾਡਾ ਜਿਹੜਾ ਜੁਡੀਸ਼ੀਅਸ ਸਿਸਟਮ ਹੈ ਇਦੇ ਵਿੱਚ ਆਮ ਤੌਰ ਤੇ ਟੈਕਨੀਕਲਿਟੀ ਨੂੰ ਇਨ ਦੀ ਇੰਟਰਸਟ ਆਫ ਜਸਟਿਸ ਇਗਨੋਰ ਕਰਨ ਦੀ ਗੱਲ ਕਹੀ ਗਈ ਹੈ ਵੀ ਟੈਕਨੀਕਲਿਟੀ ਸ਼ੁੱਡ ਨਾਟ ਕਮ ਇਨ ਦਾ ਵੇ ਆਫ ਜਸਟਿਸ ਪਰ ਇੱਥੇ ਟੈਕਨੀਕਲਿਟੀ ਦੇ ਵੇਸਤੇ ਜਿਹੜਾ ਹੈਗਾ ਉਹ 173 ਦੀ ਰਿਪੋਰਟ ਨੂੰ ਕੁਐਸ਼ ਕੀਤਾ ਗਿਆ ਹਾਈ ਕੋਰਟ ਵੱਲੋਂ ਇਸੇ ਕਰਕੇ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਉਹ ਵਾਕਈ ਡਿਬੇਟੇਬਲ ਹੈ ਤੇ ਡਿਫਰੈਂਟ ਜੱਜਸ ਦੇ ਡਿਫਰੈਂਟ ਵਿਊ ਹੋ ਸਕਦੇ ਨੇ ਤੇ ਕੋ ਸਰਕਾਰ ਨੂੰ ਜਿਹੜਾ ਨਵੇਂ ਸੈਟ ਬਣਾਉਣ ਦੀ ਬਜਾਏ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਸ ਫੈਸਲੇ ਨੂੰ ਦੀ ਅਪੀਲ ਕਰੇ ਦੋ ਜੱਜਾਂ ਦੇ ਅੱਗੇ ਤੇ ਉਹਦਾ ਜਲਦੀ ਨਿਬਟਾਰਾ ਕਰਾਉਣ ਦੀ ਕੋਸ਼ਿਸ਼ ਕਰੇ ਤਾਂ ਕਿ ਜੋ ਲੋਕ ਸਹਿਕਰੇ ਨੇ ਤਰਸ ਰਹੇ ਨੇ ਇਨਸਾਫ ਨੂੰ ਉਹ ਇਨਸਾਫ ਮਿਲ ਸਕੇ। ਕਿ ਪੁਰਾਣੀ ਸਿੱਟ ਦੀ ਜਿਹੜੀ ਹੈਗੀ ਐ ਇਨਕੁਆਰੀ ਉਹਨੂੰ ਮੰਨਿਆ ਜਾਵੇ। ਸਰਕਾਰ ਇਹ ਪਿਲੀ ਲਵੇ ਉੱਥੇ ਕਿ ਸਹੀ ਇਨਕੁਆਰੀ ਹੈ। ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਅਸਤੀਫਾ ਦੇ ਗਏ ਨੇ ਉਹਨਾਂ ਦੀ ਥਾਂ ਤੇ ਕੋਈ ਹੋਰ ਮੈਂਬਰ ਲਾ ਦਿਓ ਤਾਂ ਕਿ ਜਲਦੀ ਇਹ ਮਾਮਲਾ ਨਿਪਟ ਸਕਦਾ ਹੈ। ਦੇਖੋ ਗੱਲ ਇਹ ਹੈ ਅ ਇਸ ਚ ਡਿਲੇ ਕਿਉਂ ਹੋਈ ਅਸਲ ਚ ਪੋਲੀਟੀਕਲ ਅਜੰਡਾ ਲਗ ਇਹ ਅਪੀਅਰ ਹੋ ਰਿਹਾ ਹੈ ਕੋਰਟ ਦੀ ਫਾਈਂਡਿੰਗਾਂ ਦੇ ਵਿੱਚ ਵੀ ਆ ਰਿਹਾ ਹੈ ਵੀ ਪੋਲੀਟੀਕਲ ਮੋਟੀਵੇਸ਼ਨ ਕਰਕੇ ਡਿਲੇ ਹੋਈ ਹੈ ਅਗਰ ਤੁਸੀਂ ਉਸ ਹੱਦ ਤੱਕ ਰਹਿੰਦੇ ਵੀ ਜੇ ਕੋਈ ਜਾਤੀ ਪੁਲਿਸ ਅਫਸਰ ਨੇ ਉਥੇ ਮੌਕੇ ਤੇ ਕੀਤੀ ਹੈ ਜਾਂ ਉਹ ਕਿਹਦੀ ਕਮਾਂਡ ਥੱਲੇ ਕੀਤੀ ਹੈ ਤੁਸੀਂ ਉਥੋਂ ਤੱਕ ਜਾਓ ਤੁਸੀਂ ਇੱਕ ਤਰ੍ਹਾਂ ਦਾ ਜਿਵੇਂ ਸਰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਦੇ ਵਿੱਚ ਕੋਈ ਐਵੀਡੈਂਸ ਆਇਆ ਨਹੀਂ ਤੇ ਉਹਨਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਕੇ ਇਹ ਡਿਲੇ ਹੋ ਗਿਆ ਇਹ ਤੁਸੀਂ ਸੱਸੀ ਲੋਕਾਂ ਨੂੰ ਫਸਾਉਂਦੇ ਫਸਾਉਂਦੇ ਜਿਹੜੇ ਪੁਲਿਸ ਮੁਲਜ਼ਮ ਨੇ ਜਿਹੜੇ ਜਾਂ ਦੋਸ਼ੀ ਨੇ ਪੁਲਿਸ ਵਾਲੇ ਉਹਨਾਂ ਨੂੰ ਵੀ ਮਤਲਬ ਬਚਾ ਦਿੱਤਾ ਜਾਣੇ ਹੁਣ ਇਹ ਅਸਲ ਦੋਸ਼ੀ ਜਿਹੜੇ ਬੰਦੇ ਮਰ ਗਏ ਜਾਂ ਇੰਜਰਡ ਹੋ ਗਏ ਗਨਫਾਇਰ ਨਾਲ ਜਿਹੜੇ ਕੈਪੇਬਲ ਹੋ ਗਏ ਅੰਗਹੀਣ ਹੋ ਗਏ ਅਪੰਗ ਹੋ ਗਏ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਇਹ ਕੰਪਲੀਕੇਟ ਮਾਮਲਾ ਕਰਤਾ ਇਹਦੇ ਵਿੱਚ ਮੈਂ ਸਰਕਾਰ ਦੋਸ਼ੀ ਮੰਨਦਾ ਬਿਲਕੁਲ ਇੱਕ ਸਵਾਲ ਸਰਕਾਰ ਤੇ ਹੋਰ ਖੜਾ ਹੋ ਜਾਂਦਾ ਹੈ ਕੈਪਟਨ ਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਕੋਈ ਦਖਲਅੰਦਜ਼ ਨਹੀਂ ਕਰਨੀ ਜਾਂਚ ਟੀਮ ਜਿਵੇਂ ਫੈਸਲਾ ਕਰੇਗੀ ਜਾਂ ਜਿਵੇਂ ਜਾਂਚ ਆਏਗੀ ਉਹਦੇ ਮੁਤਾਬਕ ਹੀ ਕੋਰਟ ਨੇ ਫੈਸਲੇ ਦੇਣੇ ਆ ਦੂਜੇ ਪਾਸੇ ਮੰਤਰੀ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਹੋਰ ਵੀ ਝੋੜੀਆਂ ਆੜਦੇ ਨੇ ਵਿਧਾਨ ਸਭਾ ਦੇ ਵਿੱਚ ਮੰਤਰੀ ਕਹਿੰਦੇ ਨੇ ਚ ਐਸਸੀ ਲੀਡਰ ਹੋਣਗੇ ਅੰਦਰ ਜਾਣਗੇ ਕਿਤਨਾ ਕਦੇ ਸਰਕਾਰ ਵੀ ਫਿਰ ਦੋ ਰੱਖੋ ਆਪਣਾ ਕੇ ਚੱਲ ਰਹੀ ਹੈ ਦੇਖੋ ਆਮ ਤੌਰ ਤੇ ਜਿਹੜਾ ਹੈਗਾ ਕੋਰਟ ਹੁਣ ਹਾਈ ਕੋਰਟ ਨੇ ਵੀ ਕਿਹਾ ਵੀ ਕੋਈ ਐਗਜ਼ੀਕਟਿਵ ਅਥਾਰਟੀ ਕੋਈ ਪ੍ਰਸ਼ਾਸਨਿਕ ਅਥਾਰਟੀ ਸਿੱਟ ਨੂੰ ਦਖਲ ਨਹੀਂ ਦੇਊਗੀ ਪਰ ਆਮ ਤੌਰ ਤੇ ਤੁਸੀਂ ਦੇਖ ਲਓ ਮੋਰ ਬੰਬ ਬਲਾਸਟ ਲੈ ਲਓ ਅੱਜ ਤੱਕ ਉਹ politicial motivation ਕਰਕੇ ਹੀ ਕੋਈ ਤਨਪੱਤਰ ਨਹੀਂ ਲੱਗ ਰਿਹਾ ਬੇਅਦਬੀਆਂ ਦੇ ਮਾਮਲੇ ਚ ਫਾਈਂਡਿੰਗਾਂ ਆ ਗਈਆਂ ਵੀ ਡੇਰਾ ਚੀਫ ਉਹਦੇ ਵਿੱਚ ਇਨਵੋਲ ਹੈ ਅੱਜ ਤੱਕ ਉਹਨੂੰ ਜਿਹੜਾ ਹੈਗਾ ਕਿਸੇ ਪਾਸੇ ਇਨਟੈਰੋਗੇਟ ਨਹੀਂ ਕੀਤਾ ਗਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ ਇਹ ਇਹ ਤੋਂ ਬਚਾਅ ਹੋ ਹੀ ਨਹੀਂ ਸਕਦਾ ਲੈਕਿਨ ਦੇਖੋ ਗੱਲ ਇਹ ਹੈ ਵੀ ਲੋਕੀ ਜਿਹੜੇ ਹੈਗੇ ਨੇ ਜਿਹੜੇ ਬੰਦੇ ਗਲਤੀਆਂ ਕਰਦੇ ਨੇ ਉਹਨਾਂ ਨੂੰ ਆਪਣਾ ਸਬਕ ਵੀ ਸਿਖਾ ਸਕਦੇ ਨੇ ਤੇ ਇਸ ਵਿੱਚ ਦਲੇ ਲਈ ਜ਼ਿੰਮੇਵਾਰ ਕੌਣ ਹੈ ਇਹ ਲੋਕ ਹੀ ਤੈਅ ਕਰਨਗੇ ਹੁਣ ਉਹਨਾਂ ਅਕਾਲੀ ਦਲ ਦਾ ਜਿਹੜਾ ਵੱਡੇ ਲੀਡਰ ਨੇ ਦਿਲਜੀਤ ਸਿੰਘ ਚੀਮਾ ਉਹਨਾਂ ਨੇ ਕਿਹਾ ਕਿ ਕੁਮਰ ਵਿਜੇ ਪ੍ਰਤਾਪ ਤੇ ਕ੍ਰਿਮੀਨਲ ਪਰਚਾ ਦਰਜ ਹੋਣਾ ਚਾਹੀਦਾ ਕ੍ਰਿਮੀਨਲ ਕੇਸ ਹੋਵੇ ਕਿਉਂਕਿ ਉਹਨੇ ਸਹੀ ਇਨਕੁਆਇਰੀ ਨਹੀਂ ਕੀਤੀ ਗਲਤ ਬੰਦਿਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਤਾਂ ਇੱਥੋਂ ਤੱਕ ਪਹੁੰਚ ਗਿਆ ਕੁਮਰ ਵਿਜੇ ਪ੍ਰਤਾਪ ਨੂੰ ਦੋਸ਼ੀ ਮੰਨਣ ਲੱਗ ਪਿਆ ਦੇਖੋ ਇਹ ਜੱਜਮੈਂਟ ਤੋਂ ਬਾਅਦ ਜਿਹੜਾ ਇੱਕ ਤਖਲੀਫ ਵਾਲੀ ਗੱਲ ਇਹ ਹੈ ਬਈ ਕੁਮਰ ਵਿਜੇ ਪ੍ਰਤਾਪ ਨੇ ਐਫਰਟਸ ਕੀਤੀਆਂ ਨੇ ਕਾਫੀ ਹੋ ਸਕਦਾ ਉਹ ਤੋਂ ਕੁਝ ਟੈਕਨੀਕਲ ਗਲਤੀਆਂ ਹੋ ਗਈਆਂ ਹੋ ਸਕਦਾ ਉਹਦੇ ਤੇ ਕੋਈ ਦਬਾਅ ਹੋਵੇ ਗਲਤੀਆਂ ਕਰਨ ਲਈ ਜੋ ਟੈਕਨੀਕਲ ਕਾਲ ਡੀਟੇਲ ਦੇ ਆਧਾਰ ਤੇ ਕੁਝ ਬੰਦਿਆਂ ਨੂੰ ਕੌਨਸਪੀਰੇਟਰ ਬਣਾਉਣ ਦੀ ਕੋਸ਼ਿਸ਼ ਲੱਗੇ ਹੋਏ ਸੀਗੇ ਪਰ ਗੱਲ ਇਹ ਹੈ ਵੀ ਅੱਜ ਜਿਵੇਂ ਦਲੇਰਨਾ ਤੌਰ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਨਵੈਸਟੀਗੇਸ਼ਨ ਕੀਤੀ ਜਾਂ ਜੋ ਹਾਰਡਵਰਕ ਕੀਤਾ ਤਾਂ ਕੱਲ ਨੂੰ ਇਹ ਹਾਲਾਤ ਪੈਦਾ ਹੋ ਗਏ ਜਦੋਂ ਇਹ ਇਹ ਇਹਦੇ ਤੇ ਦਾਗ ਲੱਗ ਗਿਆ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਤਾਂ ਕੋਈ ਵੀ ਇਨਵੈਸਟੀਗੇਟਰ ਪ੍ਰੋਪਰ ਇਨਵੈਸਟੀਗੇਸ਼ਨ ਡੇਰਿੰਗ ਇਨਵੈਸਟੀਗੇਸ਼ਨ ਦਲੇਰਨਾ ਇਨਵੈਸਟੀਗੇਸ਼ਨ ਕਰਨ ਲਈ ਜੁਰਤ ਨਹੀਂ ਕਰੂਗਾ ਇਹ ਬੜੀ ਦੁਖਦਾਈ ਪਹਿਲੂ ਇਹਦੇ ਵਿੱਚ ਪੈਦਾ ਹੋ ਗਿਆ ਕੁਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਨਿਰਪੱਖ ਜਾਂਚ ਤੇ ਵੀ ਫਿਰ ਸਵਾਲ ਖੜੇ ਹੋ ਜਾਣਗੇ ਭਵਿੱਖੇ ਦੇ ਵਿੱਚ ਕਿ ਸਹੀ ਜਾਂਚ ਕੌਣ ਕਰੇਗਾ ਪਰ ਕੁਮਰ ਵਿਜੇ ਪ੍ਰਤਾਪ ਨੇ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਇਸ ਮਾਮਲੇ 'ਚ ਹਥਕੜੀਆਂ ਲਾ ਕੇ ਅੰਦਰ ਦੇਤਾ ਸੀਗਾ ਇੱਕ ਵੱਡੀ ਪ੍ਰਾਪਤੀ ਮੰਨੀ ਜਾ ਸਕਦੀ ਹੈ ਪਿਛਲੇ ਕੋਈ ਰਿਕਾਰਡ ਚੱਕ ਲਈਏ ਚੇਪੁਰਸ ਮੁਕਾਬਲੇ ਹੋਣ ਇਦਾਂ ਵੱਡੇ ਅਫਸਰ ਨਹੀਂ ਭੜੇ ਜਾਂਦੇ ਸੀ ਛੋਟੇ ਤਾਂ ਭੜੇ ਜਾਂਦੇ ਸੀ ਕਿਤੇ ਨਾ ਕਿਤੇ ਹੁਣ ਇੱਕ ਵੱਡਾ ਸਵਾਲ ਹੈ ਪੁਲਿਸ ਵਾਸਤੇ ਵੀ ਦੇਖੋ ਗੱਲ ਇਹ ਹੈ ਵੀ ਪੁਲਿਸ ਅਫਸਰ ਜਿਵੇਂ ਸਪੋਜ ਕਰੋ ਉਥੇ ਮੌਬ ਦੇ ਵਿੱਚ ਉਥੇ ਧਰਨੇ ਦੇ ਵਿੱਚ ਲੋਕਾਂ ਤੇ ਫਾਇਰਿੰਗ ਹੋਈ ਹੁਣ ਇੱਕ ਅਫਸਰ ਛੋਟਾ ਅਫਸਰ ਹੈ ਉਹ ਉਹ ਆਪਣੇ ਹਾਇਰ ਅਫੀਸਰ ਦੀ ਕਮਾਂਡ ਮੰਨ ਕੇ ਉਹ ਲਾਠੀ ਚਾਰਜ ਕਰਦਾ ਹੈ ਉਹ ਪਾਣੀ ਦੀਆਂ ਬੁਛਾੜਾਂ ਕਰਦਾ ਹੈ ਜਾਂ ਉਹ ਫਾਇਰਿੰਗ ਕਰਦਾ ਹੈ ਹੁਣ ਇਹ 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 ਫੈਸਲਾ ਕੌਣ ਕਰੇਗਾ ਵੀ ਹੀ ਇਜ਼ ਡੂਇੰਗ ਹਿਸ ਡਿਊਟੀ ਕਮਾਂਡ ਕਰਨ ਵਾਲਾ ਦੋਸ਼ੀ ਹੈ ਜਾਂ ਕਮਾਂਡ ਤੇ ਕਮਾਂਡ ਕਰਨ ਵਾਲਾ ਦੋਸ਼ੀ ਹੈ ਉਹਨੂੰ ਕਿਵੇਂ ਸਟੈਬਲਿਸ਼ ਕਰੇ ਇਹ ਪੁਲਿਸ ਦਾ ਕੰਮ ਹੈ ਇਨਵੈਸਟੀਗੇਟਰ ਦਾ ਕੰਮ ਹੈ ਹੁਣ ਸਵਾਲ ਇਹ ਹੈ ਵੀ ਜਦੋਂ ਕੋਈ ਇਨਫਲੂਐਂਸ਼ਲ ਬੰਦੇ ਤੱਕ ਸੇਕ ਪਹੁੰਚਦਾ ਤਾਂ ਕਈ ਵਾਰ ਇਨਵੈਸਟੀਗੇਟਰ ਨੂੰ ਦਬਾਇਆ ਜਾਂਦਾ ਇਨਵੈਸਟੀਗੇਟਰ ਨੂੰ ਟਰਾਂਸਫਰ ਦਾ ਤੇ ਉਹਨੂੰ ਕਿਸੇ ਕੇਸ ਚ ਲਿਹਾਣ ਦੀਆਂ ਗੱਲਾਂ ਪੈਦਾ ਹੁੰਦੀਆਂ ਨੇ ਇਹ ਤੇ ਐਥਿਕਸ ਦੀਆਂ ਗੱਲਾਂ ਨੇ ਸਾਡੇ ਲੀਡਰਾਂ ਨੂੰ ਵੀ ਐਥਿਕਸ ਦੀ ਪਾਲਣਾ ਕਰਨੀ ਚਾਹੀਦੀ ਹੈ ਲੋਕ ਹਿੱਤ ਲਈ ਚੱਲਣਾ ਚਾਹੀਦਾ ਸਿਰਫ ਆਪਣੇ ਬਾਰੇ ਨਹੀਂ ਸੋਚਣਾ ਚਾਹੀਦਾ ਪਬਲਿਕ ਬਾਰੇ ਵੀ ਸੋਚਣਾ ਚਾਹੀਦਾ ਐਸੀਆਂ ਪਾਲਿਸੀਆਂ ਬਣਾਉਣ ਜਿਨ੍ਹਾਂ ਨਾਲ ਲੋਕਾਂ ਨੂੰ ਇਨਸਾਬ ਮਿਲੇ ਜਿਨ੍ਹਾਂ ਲੋਕਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਸੁਧਰੇ ਜਿਨ੍ਹਾਂ ਨਾਲ ਲੋਕਾਂ ਨੂੰ ਪਤਾ ਲੱਗੇ ਵੀ ਸਹੀ ਹੈ ਅਸੀਂ ਅੱچھے ਲੋਕ ਚੁਣੇ ਸੀਗੇ ਪਰ ਹੋਏ ਦੂਲਟ ਰਿਹਾ ਇਸ ਕਰਕੇ ਇਹ ਦੁਖਦਾਈ ਪਹਿਲੂ ਨੇ ਜੀਵਨ ਦੇ ਲਾਸਟ ਸਵਾਲ ਇਹ ਹੈ ਵਕੀਲ ਸਾਹਿਬ ਬਿਆਦ ਵੀ ਮਾਮਲਾ ਹਜੇ ਵੀ ਅਣਸੁਲਝਿਆ ਪਿਆ ਬਾਬਲ ਕਲਾਂ ਗੋਲੀ ਕੰਡ ਦਾ ਵੀ ਪੰਜ ਐਫ ਆਈ ਆਰ ਹੋਰ ਨੇ ਉਹਨਾਂ ਬਾਰੇ ਵੀ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਹੇ ਨੇ ਰਿੱਟਾਂ ਚੱਲ ਰਹੀਆਂ ਨੇ ਹੋ ਸਕਦਾ ਮਈ ਦੇ ਪਹਿਲੇ ਹਫ਼ਤੇ ਦੂਜੇ ਹਫ਼ਤੇ ਉਹਨਾਂ ਬਾਰੇ ਵੀ ਫੈਸਲਾ ਆ ਜਾਵੇ ਇਹ ਫੈਸਲੇ ਦੀ ਨਜ਼ਰ ਦੇ ਵਿੱਚ ਇਹਦੇ ਇਹਨੂੰ ਜੇ ਆਪਾਂ ਦੇਖ ਲਈਏ ਕਿ ਇਹਦੇ ਰਾਹੀਂ ਜਾਂ ਜਿਵੇਂ ਇਹਦਾ ਕੋਈ ਪ੍ਰਭਾਵ ਪੈ ਸਕਦਾ ਹੈ ਫੈਸਲੇ ਦਾ ਉਹ ਜਿਹੜੇ ਪੰਜ ਐਫ ਆਈ ਆਰ ਨੇ ਉਹਨਾਂ ਉੱਤੇ ਬਿਲਕੁਲ ਅਜੇ ਬਾਈਬਲ ਕਲਾਂ ਗੋਲੀ ਕਾਂਡ ਦਾ ਅਜੇ ਫਾਈਨਲਾਈਜ਼ ਹੋਣੀ ਹੈ ਕਨਕਲੂਜਨ ਹੋਣਾ ਅਜੇ ਬਿਲਕੁਲ ਮੰਤ ਅਸਰਤਾ ਆਯੂਦੇ ਜਾਏਗਾ ਵੀ ਜਦੋਂ ਇਹਦਾ ਇਦਾਂ ਦੀ ਦੁਦਸ਼ਾ ਪੈਦਾ ਕਰਤੀ ਹਲਾਤਾਂ ਨੇ ਤੇ ਲਾਜ਼ਮੀ ਤੌਰ ਤੇ ਵੀ ਡੀਮੋਰਲਾਈਜ਼ ਹੋਏਗਾ ਇਨਵੈਸਟੀਗੇਟਿਵ ਏਜੰਸੀ ਡੀਮੋਰਲਾਈਜ਼ ਹੋਣਾ ਲਾਜ਼ਮੀ ਹੈ ਤੇ ਸਾਰੇ ਦਾ ਸਿੱਧੀ ਜੜ ਇਹ ਹੈਗੀ ਆ ਬਦਮੀਆਂ ਹੋਣੀਆਂ ਬਦਮੀਆਂ ਵਾਲੇ ਵੀ ਮੁੱਖ ਮਲਜ਼ਮ ਫੜੇ ਨਹੀਂ ਜਾ ਰਹੇ ਡੇਰਾ ਸਰਸੇ ਵਾਲਿਆਂ ਦੇ ਜਿਹੜੇ 4-5 ਬੰਦੇ ਪਗੋੜੇ ਆ ਡੇਰਾ ਪ੍ਰੇਮੀ ਖੁਦ ਕਹਿੰਦੇ ਨੇ ਕਿ ਉਹਨਾਂ ਨੂੰ ਫੜੋ ਕਿਉਂ ਨਹੀਂ ਫੜਦੇ ਪੁਲਿਸ ਦੀ ਢਿੱਲ ਕਿੱਥੇ ਆ ਜਾਂ ਸਰਕਾਰ ਦੀ ਢਿੱਲ ਕਿੱਥੇ ਆ ਹਰਿਆਣਾ ਸਰਕਾਰ ਤੇ ਕਿਹਾ ਜਾ ਰਿਹਾ ਕਿ ਹਰਿਆਣਾ ਸਰਕਾਰ ਦਖਲਅੰਦਾਜ਼ੀ ਕਰਦੀ ਆ ਕੀ ਕੋਰਟਾਂ ਕੋਲ ਜਾਂ ਪੰਜਾਬ ਪੁਲਿਸ ਕੋਲ ਇੰਨੀ ਪਾਵਰ ਨਹੀਂ ਕਿ ਕੋਰਟ ਰਾਹੀਂ ਕੋਈ ਨੋਟਸ ਕਢਵਾ ਕੇ ਸਾਰਿਆਂ ਨੂੰ ਗ੍ਰਿਫਤਾਰ ਕਰਾਇਆ ਜਾਵੇ ਅ ਦੇਖੋ ਜਸਟਿਸ ਰਣਜੀਤ ਸਿੰਘ ਇਨਕੁਆਇਰੀ ਕਮਿਸ਼ਨ ਚ ਕਲੀਅਰ ਕਟ ਐਵੀਡੈਂਸ ਆ ਗਿਆ ਸੀ ਤੇ ਉਹਨਾਂ ਨੇ ਫਾਈਂਡਿੰਗਾਂ ਵੀ ਦਿੱਤੀਆਂ ਵੀ ਜਿਹੜਾ ਬੇਅਦਵੀ ਦਾ ਮਾਮਲਾ ਹੈ ਉਹਦੇ ਵਿੱਚ ਜਿਹੜੇ ਐਕਚੁਅਲੀ ਮਹਿੰਦਰਪਾਲ ਬਿੱਟੂ ਵਗੈਰਾ ਨੂੰ ਇਹਨਾਂ ਨੇ ਅਰਸ਼ਟ ਕੀਤਾ ਡੇਰਾ ਫੋਲੋਵਰ ਨੂੰ ਉਹਨਾਂ ਨੂੰ ਲਗਾਤਾਰ ਦਿਸ਼ਾ ਨਿਰਦੇਸ਼ ਦੇ ਰਿਹਾ ਸੀ ਪ੍ਰਦੀਪ ਕਲੇਰ ਹਰਸ਼ ਧੂਰੀ ਸੰਦੀਪ ਬਰੇਟਾ ਤੇ ਇਹਨਾਂ ਦਾ ਹੈੱਡ ਸੀਗਾ ਡੇਰਾ ਮੁਖੀ ਰਾਮ ਰਹੀਮ ਦਾ ਪੀਏ ਰਕੇਸ਼ ਦੜਬਾ ਤਾਂ ਅੱਜ ਤੱਕ ਉਹ ਡੇਰਾ ਪ੍ਰੇਮੀ ਹੁਣੀ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਤੇ ਕਹਿ ਗਏ ਵੀ ਇਹ ਬੰਦੇ ਡੇਰੇ ਦੇ ਵਿੱਚ ਜਾਂ ਡੇਰੇ ਦੇ ਆਲੇ ਦੁਆਲੇ ਫੰਕਸ਼ਨਾਂ 'ਚ ਹਾਜ਼ਰ ਮਿਲਦੇ ਨੇ ਪਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਲਟਾ ਕਹ ਰਹੇ ਨੇ ਉਹ ਬਾਹਰ ਚਲੇ ਗਏ ਜਾਨੀ ਇਹ ਪੰਜਾਬ ਪੁਲਿਸ ਨੂੰ ਕਿਸ ਦਬਾਅ ਦੇ ਥੱਲੇ ਮੋੜ ਬੰਬ ਬਲਾਸਟ 'ਚ ਕੋਈ ਬੰਦਾ ਅਰੈਸਟ ਨਹੀਂ ਕਰ ਰਹੇ ਇਹਦੇ ਵਿੱਚ ਬੇਅਦਬੀਆਂ ਆਣਾਂ 'ਚ ਨਹੀਂ ਕੋਈ ਕਸ ਕਰ ਰਹੇ RAM REHIM ਸਨਾਰੀਆ ਜੇਚ ਅਵੇਲੇਬਲ ਹੈ ਉਹਦੇ ਪ੍ਰੋਡਕਸ਼ਨ ਵਾਰੰਟ ਲੈ ਕੇ ਆਪਣਾ ਟ੍ਰਾਇਲ ਕੋਰਟ ਤੋਂ ਮਜਬੂਰ ਸਟੇਟ ਤੋਂ ਤੇ ਉਹਨੂੰ ਇਨਟੈਰੋਗੇਟ ਕੀਤਾ ਜਾ ਸਕਦਾ ਦੀ ਪਰ ਜਦੋਂ ਕੋਈ ਕਰਨਾ ਨਹੀਂ ਚਾਹੁੰਦਾ ਲੋਕਾਂ ਨੂੰ ਇਨਸਾਫ ਦੇਣੇ ਨਹੀਂ ਚਾਹੁੰਦਾ ਇਹ ਨਲਾਇਕੀ ਕਿਹਦੀ ਹੋਈ ਇਹ ਲੋਕ ਹੁਣ ਆਉਂਦੀਆਂ ਇਲੈਕਸ਼ਨਾਂ 'ਚ ਤੈਅ ਕਰਨਗੇ ਸੋ ਵੱਡੇ ਸਵਾਲ ਖੜੇ ਕੀਤੇ ਨੇ ਐਮ ਐਸ ਜੋਸ਼ੀ ਨੇ ਇਹਨਾਂ ਨੇ ਸਪਸ਼ਟ ਕਿਹਾ ਕਿ ਚਾਹੇ ਬੇਅਦਬੀ ਮਾਮਲਾ ਹੋਵੇ ਚਾਹੇ ਗੋਲੀ ਕਾਂਡ ਦੇ ਮਾਮਲੇ ਹੋਣ ਗੰਭੀਰਤਾ ਨਾਲ ਪੰਜਾਬ ਸਰਕਾਰ ਨੂੰ ਇਹਨਾਂ ਮਾਮਲਿਆਂ ਦੀ ਜਾਂਚ ਅਜੇ ਵੀ ਕਰਵਾ ਲੈਣੀ ਚਾਹੀਦੀ ਹੈ ਨਹੀਂ ਤਾਂ ਲੋਕਾਂ ਨੇ ਫਿਰ ਮੌਜੂਦਾ ਸਰਕਾਰ ਨੂੰ ਵੱਡੇ ਸਵਾਲ ਪੁੱਛਣੇ ਨੇ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਨੂੰ ਇਸ ਗੱਲ ਦਾ ਵੱਡਾ ਨੁਕਸਾਨ ਉਠਾਣਾ ਪਵੇ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ ਖੇਤੀ ਕਰ ਰਿਹਾ ਹੈ ਜੀ ਹਾਂ ਦੁਨੀਆ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ ਤਾਂ ਫਿਰ ਸਾਡੀ ਖੇਤੀ ਕਿਉਂ ਨਾ ਬਦਲੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਜ਼ਰੂਰੀ ਹੈ ਆਧੁਨਿਕ ਜਾਣਕਾਰੀ ਅਤੇ ਤਕਨੀਕ ਨਾਲ ਜੁੜਨਾ ਕੇਂਦਰ ਵੱਲੋਂ ਕਾਨੂੰਨ ਆਇਆ ਹੈ ਇਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਹੈ ਮਿੱਟੀ ਜਹਿਰ ਦिती ਹੈ ਅੱਜ ਆਪਾਂ ਨੂੰ ਇੱਕ ਦਿਖਾ ਰਹੇ ਨੇ ਗਲੋਬਲ ਪੰਜਾਬ ਟੀਵੀ ਤੁਹਾਨੂੰ ਜੋੜੇਗਾ ਬਦਲਦੀ ਖੇਤੀ ਦੁਨੀਆ ਦਾ ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ ਖੇਤੀ ਪ੍ਰੋਗਰਾਮਾਂ ਦੇ ਤਜਰਬੇਕਾਰ ਅਮਰਜੀਤ ਸਿੰਘ ਬੜੈਚ ਦਾ ਵਿਸ਼ੇਸ਼ 쇼 ਫਾਰਮ ਹਾਊਸ ਹਰ ਐਤਵਾਰ 7:30 ਵਜੇ ਈਟੀ ਤੁਹਾਡੇ ਆਪਣੇ ਗਲੋਬਲ ਪੰਜਾਬ ਟੀਵੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ